ਮੋਹਾਲੀ ਦੀ ਮਾਰਕੀਟ ਸੈਕਟਰ 68 ਵਿੱਚ ਸਮਾਂ ਸਵੇਰੇ 2 ਵਜੇ ਦੋ ਨੌਜਵਾਨ ਲੜਕੀਆਂ ਵੱਲੋਂ ਅਰਬਨ ਚਾਏ ਦੇ ਮਾਲਕ ਉੱਤੇ ਫਾਇਰਿੰਗ ਕਰਨ ਦੇ ਦੋਸ਼ ਹੇਠ ਤੋਂ ਲੜਕੀਆਂ ਉੱਤੇ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਪੁਲਿਸ ਨੇ ਇਨ੍ਹਾਂ ਵਿੱਚੋਂ ਇੱਕ ਦੋਸ਼ੀ ਸਤਵੰਤ ਸਿੰਘ ਵਾਸੀ ਜ਼ਿਲ੍ਹਾ ਪੀਲੀਭੀਤ, ਹਾਲ ਵਾਸੀ ਜ਼ੀਰਕਪੁਰ ਹੈ, ਉਸਨੂੰ 12 ਘੰਟਿਆਂ ਦੇ ਵਿੱਚ ਦੱਸ ਦਈਏ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ 45 ਬੋਰ ਦਾ ਪਿਸਤੌਲ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ। ਅਤੇ ਦੂਜੇ ਪਾਸੇ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ, ਹਰਸਿਮਰਨ ਸਿੰਘ DSP ਸਿਟੀ ਮੋਹਾਲੀ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਸਤਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਇਸ ਦੇ ਨਾਲ ਦਾ ਸਾਥੀ ਉਸਨੂੰ ਲੱਭਣ ਦੇ ਲਈ ਜਿਹੜਾ ਹੈ, ਜਿਸਦਾ ਨਾਮ ਹੈ ਉਦੀਤ ਸੋਕੀਨ, ਉਸਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਫਿਲਹਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬੀਤੀ ਰਾਤ ਏਅਰਪੋਰਟ ਰੋਡ ਮੋਹਾਲੀ ਵੱਲੋਂ ਅਰਬਨ ਚਾਏ ਦੇ ਮਾਲਕ ਚਰਮਨਜੀਤ ਸਿੰਘ ਨਾਲ ਖਾਣ ਪੀਣ ਦੇ ਲਈ 7,000 ਰੁਪਏ ਦੇ ਬਕਾਏ ਪਿੱਛੇ ਝਗੜਾ ਹੋਇਆ ਸੀ, ਅਤੇ ਜਿਸਦੇ ਉੱਤੇ ਸਤਵੰਤ ਸਿੰਘ ਨੇ ਚਰਮਜੀਤ ਨੂੰ ਜਿਹੜਾ ਹੈ ਮਾਰ ਦੇਣ ਦੀ ਨੀਅਤ ਦੇ ਨਾਲ ਆਪਣੀ 45 ਬੋਰ ਪਿਸਟਲ ਦੇ ਨਾਲ 2 ਫਾਇਰ ਕੀਤੇ ਸੀ, ਅਤੇ ਜਿਸ ਕਾਰਨ ਚਰਮਨਜੀਤ ਸਿੰਘ ਨੇ ਜਿਹੜਾ ਹੈ ਮਸਾਂ ਹੀ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦੇਣ ਦੇ ਲਈ ਪੁਲਿਸ ਨੂੰ ਜਿਹੜਾ ਹੈ ਉਹ ਬੁਲਾਇਆ ਗਿਆ, ਅਤੇ ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਹਾਲਾਤ ਜਿਹੜੇ ਨੇ ਉਹ ਕਾਬੂ ਕੀਤੇ ਨੇ, ਦੋਹਾਂ ਧਿਰਾਂ ਨੂੰ ਜ਼ਖਮੀ ਹਾਲਾਤ ਦੇ ਵਿੱਚ ਕਾਬੂ ਕੀਤਾ ਗਿਆ। ਅਤੇ ਦੱਸ ਦਈਏ ਮੌਕੇ ਉੱਤੇ ਵਰਤੀ ਗਈ ਫਾਰਚੂਨਰ ਗੱਡੀ ਨੂੰ ਵੀ ਬਰਾਮਦ ਕੀਤਾ ਹੈ, ਅਤੇ ਦੋਸ਼ੀ ਉਦੀਤ ਸ਼ੁਕੀਨ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਨੂੰ ਜਲਦ ਹੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਵੇਗਾ, ਅਤੇ ਦੋਸ਼ੀ ਸਤਵੰਤ ਸਿੰਘ ਫੌਜ ਵਿੱਚ ਸਿਪਾਹੀ ਅਤੇ ਜਲੰਧਰ ਵਿਖੇ ਤੈਨਾਤ ਹੈ। ਬੇਸਿਕਲੀ ਇੱਕ ਰਾਤ, ਮਤਲਬ ਅਰਲੀ ਮਾਰਨਿੰਗ ਆਪਾਂ ਕਹਿ ਸਕਦੇ ਹਾਂ, 29/9/2024 ਨੂੰ ਰਾਤ ਅਰਬਨ ਚਾਏ 'ਤੇ ਇੱਕ ਫਾਇਰਿੰਗ ਹੋਈ ਸੀ, ਜਿਹਦੇ ਵਿੱਚ ਅਸੀਂ ਸਤਵੰਤ ਸਿੰਘ ਨੂੰ ਕਾਬੂ ਕੀਤਾ। ਇਹਦੇ ਰਿਗਾਰਡ ਦੇ ਵਿੱਚ ਜਰਮਨ ਵੱਲੋਂ ਅਸੀਂ ਮੁਕੱਦਮਾ ਦਰਜ ਕੀਤਾ, ਜਿਹੜਾ ਕਿ ਉੱਥੇ ਉਹਦਾ ਓਨਰ ਹੈ, ਅਤੇ ਉਹਦੇ ਉੱਥੇ ਉਹਨੇ ਕੋਈ ਅਰਬਨ ਚਾਏ 'ਤੇ ਉਹਨਾਂ ਦਾ ਝਗੜਾ ਹੋਇਆ ਸੀ, ਜਰਮਨ ਦਾ ਅਤੇ ਸਤਵੰਤ ਦਾ, ਅਤੇ ਉਹਦੇ 'ਤੇ ਸ਼ੁਕੀਨ ਹੈ ਜਿਹੜਾ ਬੰਦਾ। ਇਹ ਬੇਸਿਕਲੀ ਪੈਸੇ ਦੇ 7-8 ਹਜ਼ਾਰ ਦਾ ਬਿੱਲ ਦਾ ਕੋਈ ਆਪਸੀ ਇਹਨਾਂ ਦਾ ਰੌਲਾ ਸੀ, ਜਿਹਦੇ ਲੈਣ ਲਈ ਇਹ ਉੱਥੇ ਗਏ ਸੀਗੇ, ਅਤੇ ਉੱਥੇ ਜਦੋਂ ਇੱਕ ਦੂਜੇ ਨਾਲ ਝਗੜਾ ਕਰਨ ਲੱਗੇ, ਅਤੇ ਉਹਦੇ 'ਚ ਸਤਵੰਤ ਸਿੰਘ ਨੇ ਆਪਣੇ ਜਰਮਨ ਜਿਹੜਾ ਮਦਈ ਮੁਕੱਦਮਾ ਹੈ ਉਹਦੇ ਵੱਲ ਨੂੰ ਫਾਇਰ ਮਾਰਿਆ, ਜਿਹਨੇ ਆਪਣੇ ਹੱਥ ਨਾਲ ਉਹਨੂੰ ਉੱਪਰ ਕਰ ਲਿਆ, ਅਤੇ ਉਸਦੀ ਸਟੇਟਮੈਂਟ 'ਤੇ ਲੜਾਈ ਦੌਰਾਨ ਵੀ ਇਹਨਾਂ ਦੇ ਸੱਟਾਂ ਵੱਜੀਆਂ ਸੀ, ਅਤੇ ਉਹਦੀ ਸਟੇਟਮੈਂਟ 'ਤੇ ਮੁਕੱਦਮਾ ਦਰਜ ਕੀਤਾ ਸੀ 86 ਨੰਬਰ 29/9 ਅੰਡਰ ਸੈਕਸ਼ਨ 109-115 ਦੀ 2-3-5 BNS। ਇਹ ਜਿਹੜਾ ਅਜੇ ਤੱਕ ਜਿਹੜੀ ਪ੍ਰੀਲਿਮੀਨਰੀ ਪੁੱਛਗਿੱਛ 'ਤੇ ਸਾਨੂੰ ਪਤਾ ਲੱਗਾ ਵੀ ਇਹ ਫੌਜ ਦੇ ਵਿੱਚੋਂ, ਫੌਜ ਤਾਂ ਮੁਲਾਜ਼ਮ ਹੈ ਪਰ ਉੱਥੋਂ ਐਬਸੈਂਟ ਚੱਲ ਰਿਹਾ, ਸੋ ਇਹਦੇ ਵਿੱਚ ਅਸੀਂ ਇਹਦੇ ਵਿੱਚ ਜਿਹੜਾ ਮੁਕੱਦਮਾ ਦਿੱਤਾ 25/27/53-59 ਦਾ ਵੀ ਦਿੱਤਾ, 45 ਬੋਰ ਦਾ ਇੱਕ ਪਿਸਟਲ ਅਸੀਂ ਰਿਕਵਰ ਕੀਤਾ ਦੋਸ਼ੀ ਪਾਸੋਂ, ਅਤੇ 2 ਜਿੰਦਾ ਰੌਨ ਅਤੇ 2 ਕਾਰਤੂਸ ਸਾਨੂੰ ਮਿਲੇ। ਇਹਦੀ ਡਿਟੇਲ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਇਹਦੇ ਵਿੱਚ ਇਹ ਅਜੇ ਤੱਕ ਤਾਂ ਇਸ ਗੱਲ ਨੂੰ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਅੱਜ ਹੀ ਅਸੀਂ ਪਰਚਾ ਦਿੱਤਾ, ਅੱਜ ਹੀ, ਕਿਉਂਕਿ ਅੱਜ ਸਾਰਾ ਕੁਛ ਬੰਦ ਸੀ, ਅਤੇ ਇਹਦੀ ਅਸੀਂ ਕੱਲ੍ਹ ਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਵੱਖਰੇ ਤੌਰ 'ਤੇ ਬਰੀਫ ਕੀਤਾ ਜਾਵੇ। ਫਾਇਰਿੰਗ ਕੈਫੇ ਦੇ ਅੰਦਰ ਹੁੰਦੀ ਹੈ ਜਾਂ ਬਾਹਰ ਹੁੰਦੀ ਹੈ? ਇਹ ਬਾਹਰ ਹੋਈ ਹੈ, ਨਹੀਂ ਅਜੇ
ਹਾਂਜੀ ਹਾਂ ਕੱਲ ਨੂੰ ਅੱਜ ਅਰੈਸਟ ਪਾਈ ਹੈ ਇਹਨਾਂ ਡੇਢ ਵਜੇ ਦੁਕਾਨਾਂ ਖੋਲੀ ਸੀ ਜਾਂ ਇਹ ਕਿਆ ਕਰਦੇ ਸੀ ਇਹ ਕੀ ਕਹਿੰਦੇ ਇਹਨਾਂ ਦੀ ਜਿਹੜੀ ਅਰਬਨ ਚਾਏ ਦੀ ਦੁਕਾਨ ਸੀ ਉਹ ਰਾਤ ਨੂੰ ਇਹਨਾਂ ਕੋਲ ਲਾਇਸੈਂਸ ਹੋਣਾ ਉਹ ਵੀ ਅਸੀਂ ਵੈਰੀਫਾਈ ਕਰਕੇ ਅਤੇ ਸਾਰਾ ਕੁਛ ਉਹਦੇ ਇਹ ਜਿਹੜਾ ਉਦਿਤ ਸ਼ੌਕੀਨ ਹੈ ਜਿਹੜਾ ਜਿਹਨੇ ਪੈਸੇ ਦੁਕਾਨਦਾਰ ਦੇ ਦੇਣੇ ਸੀ ਉਹਦੇ ਰਿਗਾਰਡ ਦੇ ਵਿੱਚ ਇਹ ਉੱਥੇ ਆਪਣੇ ਇਹਦੇ ਫਿਲਹਾਲ ਦੀ ਪੁੱਛਗਿੱਛ ਤੋਂ ਅਤੇ ਇਹ ਦੱਸਣ ਦੇ ਮੁਤਾਬਕ ਵੀ ਇਹ ਤਾਂ ਸਮਝੌਤਾ ਕਰਾਉਣ ਆਏ ਸੀਗੇ ਵੀ ਮੈਂ ਉਹਦੇ ਵਿੱਚ ਹੀ ਇਹ ਉਦੋਂ ਹੀ ਤੈਸ਼ 'ਚ ਆ ਕੇ ਇਹਨਾਂ ਦੀ ਆਪਸ 'ਚ ਉੱਥੇ ਝਗੜਾ ਹੋ ਗਿਆ ਸੀਗਾ ਜਿਹਦੇ ਰਿਗਾਰਡ ਦੇ ਵਿੱਚ ਐੱਫ ਆਈ ਆਰ ਦਰਜ ਕੀਤੀ ਹੈ 86 ਨੰਬਰ ਅਤੇ 2527-5569 ਥਾਣਾ ਫੇਜ਼ 8 ਨਹੀਂ ਗੋਲੀ ਨਹੀਂ ਵੱਜੀ ਪਰ ਕੀ ਕਹਿੰਦੇ ਸੱਟਾਂ ਮਤਲਬ ਲੜਾਈ ਦੌਰਾਨ ਇੱਕ ਦੂਜੇ ਦੇ ਕੁਰਸੀਆਂ ਮਾਰੀਆਂ ਉਹਦੇ 'ਚ ਹੋਰ ਵੀ ਜਿਹੜੀ ਹੈ ਇੱਕ ਦੂਜੇ ਦੇ ਇਹਨਾਂ ਨੇ ਸੱਟਾਂ ਜ਼ਰੂਰ ਲੜਾਈ ਦੌਰਾਨ ਇਹ ਸਾਰਾ ਮਤਲਬ ਇਹਦਾ ਜਦੋਂ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਓਨਰ ਹੈ ਅਤੇ ਉਹਦਾ ਅਜੇ ਫਿਲਹਾਲ ਦੀ ਪੁੱਛਗਿੱਛ ਮੁਤਾਬਕ ਇਹ ਦੱਸਦਾ ਵੀ ਇਹ ਲਾਇਸੈਂਸੀ ਪਿਸਟਲ ਹੈ ਅਤੇ ਉਸ ਤੋਂ ਬਾਅਦ ਜਿਹੜੀ ਵੀ ਆਪਣੇ ਇਹਦੀ ਇਨਵੈਸਟੀਗੇਸ਼ਨ ਦੌਰਾਨ ਇਹ ਤੁਹਾਨੂੰ ਇਹਦੇ ਬਾਰੇ ਵੀ ਅਸੀਂ ਜਾਣਕਾਰੀ ਅਤੇ ਇਹ ਬੇਸਿਕਲੀ ਦੋ ਬੰਦਿਆਂ ਦੇ ਸੱਟਾਂ ਵੱਜੀਆਂ ਜਿਹੜੇ ਦੋਵੇਂ ਹੈਗੇ ਆ ਅਤੇ ਉੱਧਰ ਜਰਮਨ ਦੇ ਵੀ ਸੱਟਾਂ ਵੱਜੀਆਂ ਇਹਦੇ ਸਤਵੰਤ ਦੇ ਵੀ ਹੈ ਉਹਦੇ ਸ਼ੌਕੀਨ ਦੇ ਮੌਕੇ ਤੋਂ ਦੌੜ ਗਿਆ ਅਤੇ ਉਹਦੇ ਫਿਲਹਾਲ ਦੀ ਸਾਡੇ ਕੋਲ ਇਹ ਇਨਫੋਰਮੇਸ਼ਨ ਹੈ ਹਾਂ ਵੈਪਨ ਸਤਵੰਤ ਸਿੰਘ ਕੋਲ ਰਿਕਵਰ ਹੋਇਆ ਅਤੇ ਇਹਦੀ ਡਿਟੇਲਿੰਗ ਤੁਹਾਨੂੰ ਇਹ ਬੇਸਿਕਲੀ ਰਾਮਪੁਰ ਪਿੰਡ ਪੈਂਦਾ ਪੀਲੀਭੀਤ ਯੂਪੀ ਤੋਂ ਉੱਥੇ ਦਾ ਅਤੇ ਵੈਸੇ ਇੱਥੇ ਗਿਲਕੋ ਦੇ ਵਿੱਚ ਉਹਦੇ ਸ਼ੌਕੀਨ ਵੀ ਉੱਥੇ ਰਹਿੰਦਾ ਇਹਦੇ ਬਾਰੇ ਵੀ ਸਾਨੂੰ ਕੱਲ੍ਹ ਤੁਹਾਨੂੰ ਡਿਟੇਲਿੰਗ ਕਰਾਂਗੇ ਕਿਉਂਕਿ ਅੱਜ ਇਹਦੇ ਵੀ ਸੱਟਾਂ ਵੱਜੀਆਂ ਹੋਈਆਂ ਸੀਗੀਆਂ ਕੱਲ੍ਹ ਰਿਮਾਂਡ ਲੈ ਕੇ ਜੋ ਵੀ ਹੋਊਗੀ ਡਿਟੇਲ ਰਿਪੋਰਟ ਉਹ ਤੁਹਾਨੂੰ ਵੱਖਰੇ ਤੌਰ 'ਤੇ ਦਿੱਤੀ ਇਹ ਕੌਂਸਟੇਬਲ ਜਲੰਧਰ ਪੋਸਟਡ ਹੈ ਪਰ ਅਸੀਂ ਇਹਦੇ ਫੈਕਟਸ ਇਹ ਉਹਦੀ ਕੀਤੀ ਹੋਈ ਹੈ ਮੇਲ ਕੀਤੀ ਹੈ ਸਾਨੂੰ ਜਦੋਂ ਉੱਧਰੋਂ ਰਿਪਲਾਈ ਆਊਗਾ ਅਸੀਂ ਉਹਦੀ ਸਿਚੁਏਸ਼ਨ ਵੇਖਾਂਗੇ ਵੀ ਉੱਥੋਂ ਉਮਰ ਕਿੰਨੀ ਤੀਹ ਕੁ ਸਾਲ ਹੈ ਇਹ ਜਦੋਂ ਵੀ ਇਹ ਹੀਟ ਆਫ ਦੀ ਮੂਵਮੈਂਟ 'ਚ ਜਦੋਂ ਕੋਈ ਗੱਲ ਹੁੰਦੀ ਹੈ ਉਦੋਂ ਤੋਂ ਉਸ ਕਹਿੰਦਾ ਇਹਦੀ ਡਿਟੇਲ ਪੁੱਛਗਿੱਛ ਕਰਾਂਗੇ ਅਤੇ ਇਹਦੇ ਬਾਰੇ ਵੀ ਤੁਹਾਨੂੰ ਨਹੀਂ ਦਾਰੂ ਵਾਲੀ ਕੋਈ ਇਸ ਗੱਲ ਦੀ ਦਾਰੂ ਵਾਲੀ ਕੋਈ ਗੱਲ ਨਹੀਂ ਇਹੋ ਜਿਹੀ ਆਈ ਸਾਹਮਣੇ ਪਰ ਇਹ ਕਲੀਅਰ ਹੈ ਵੀ ਇਹ ਪਿਸਟਲ ਇਹਦਾ ਨਹੀਂ ਹੈ ਸੋ ਇਹਦੇ ਕਰਕੇ ਅਸੀਂ 2527-5569 ਆਰਮਜ਼ ਐਕਟ ਦਾ ਵੀ ਬਾਕੀ ਧਾਰਾਵਾਂ ਦੇ ਨਾਲ ਵਾਧਾ ਕੀਤਾ